ਪੰਜਾਬ ਦੇ ਸਰਹੱਦੀ ਇਲਾਕੇ ਦੇ ਵਿੱਚ ਖੇਤਾਂ ਦੇ ਵਿੱਚ BSF ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਦੱਸਦੇ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਇੱਕ ਵਾਰ ਫਿਰ ਡਰੋਨ ਦੇਖਿਆ ਗਿਆ, ਜਿਸ ਤੋਂ ਬਾਅਦ BSF ਦੇ ਵੱਲੋਂ 13 ਰਾਊਂਡ ਫਾਇਰ ਕੀਤੇ ਗਏ। ਫਿਰੋਜ਼ਪੁਰ ਪਾਕਿਸਤਾਨ ਭਾਰਤ ਸੀਮਾ ਦੀਆਂ ਇਹ ਤਸਵੀਰਾਂ ਨੇ BOP ਸਤਪਾਲ ਦੇ ਏਰੀਆ ਦੇ ਵਿੱਚ ਕੱਲ ਪਾਕਿਸਤਾਨ ਤੋਂ ਭਾਰਤ ਵੱਲ ਡਰੋਨ ਦੇਖਿਆ ਗਿਆ ਸੀ, ਤਾਂ BSF ਦੇ ਵੱਲੋਂ 13 ਰਾਊਂਡ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਹੁਣ ਇਸ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਦੱਸਦੇ ਕਿ ਪਹਿਲਾਂ ਵੀ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਭਾਰਤ ਵਿੱਚ ਦਾਖਲ ਹੁੰਦੇ ਨੇ ਤਾਂ ਉਹਨਾਂ ਡਰੋਨਾਂ ਦੇ ਵਿੱਚ ਨਸ਼ਾ ਔਰ ਹਥਿਆਰ ਨੇ ਜਿਹੜੇ ਉਹ ਭਾਰਤ ਵਿੱਚ ਸਪਲਾਈ ਹੁੰਦੇ ਨੇ, ਤਾਂ ਉਹਨਾਂ ਨੂੰ ਰੋਕਣ ਦੇ ਲਈ BSF ਪੂਰੀ ਤਰ੍ਹਾਂ ਮੁਸਤੈਦ ਹੈ। ਜਦੋਂ ਵੀ ਕੋਈ ਡਰੋਨ ਦਿਸਦਾ ਹੈ, ਖਾਸ ਕਰਕੇ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਭਾਰਤ ਵਿੱਚ ਡਰੋਨ ਦਾਖਲ ਹੁੰਦੇ ਨੇ, ਤਾਂ ਉਸ ਵੇਲੇ BSF ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ, ਤਾਂ ਕਈ ਡਰੋਨ ਨੇ ਜਿਹੜੇ ਉਹ ਵੀ ਬਰਾਮਦ ਹੋਏ ਨੇ ਭਾਰੀ ਮਾਤਰਾ ਦੇ ਵਿੱਚ। ਕਈ ਵਾਰ ਖੇਪ ਵੀ ਬਰਾਮਦ ਹੁੰਦੀ ਹੈ, ਤਾਂ ਫਿਰ ਰਾਤ ਆ ਜਿਹੜਾ ਡਰੋਨ ਦੇਖਿਆ ਗਿਆ BSF ਦੇ ਵੱਲੋਂ 13 ਰਾਊਂਡ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਖੇਤਾਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਪੰਜਾਬ ਦੇ ਸਰਹੱਦੀ ਇਲਾਕੇ ਦੇ ਵਿੱਚ ਖੇਤਾਂ ਦੇ ਵਿੱਚ BSF ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਦੱਸਦੇ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਇੱਕ ਵਾਰ ਫਿਰ ਡਰੋਨ ਦੇਖਿਆ ਗਿਆ, ਜਿਸ ਤੋਂ ਬਾਅਦ BSF ਦੇ ਵੱਲੋਂ 13 ਰਾਊਂਡ ਫਾਇਰ ਕੀਤੇ ਗਏ। ਫਿਰੋਜ਼ਪੁਰ ਪਾਕਿਸਤਾਨ ਭਾਰਤ ਸੀਮਾ ਦੀਆਂ ਇਹ ਤਸਵੀਰਾਂ ਨੇ BOP ਸਤਪਾਲ ਦੇ ਏਰੀਆ ਦੇ ਵਿੱਚ ਕੱਲ ਪਾਕਿਸਤਾਨ ਤੋਂ ਭਾਰਤ ਵੱਲ ਡਰੋਨ ਦੇਖਿਆ ਗਿਆ ਸੀ, ਤਾਂ BSF ਦੇ ਵੱਲੋਂ 13 ਰਾਊਂਡ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਹੁਣ ਇਸ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਦੱਸਦੇ ਕਿ ਪਹਿਲਾਂ ਵੀ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਭਾਰਤ ਵਿੱਚ ਦਾਖਲ ਹੁੰਦੇ ਨੇ ਤਾਂ ਉਹਨਾਂ ਡਰੋਨਾਂ ਦੇ ਵਿੱਚ ਨਸ਼ਾ ਔਰ ਹਥਿਆਰ ਨੇ ਜਿਹੜੇ ਉਹ ਭਾਰਤ ਵਿੱਚ ਸਪਲਾਈ ਹੁੰਦੇ ਨੇ, ਤਾਂ ਉਹਨਾਂ ਨੂੰ ਰੋਕਣ ਦੇ ਲਈ BSF ਪੂਰੀ ਤਰ੍ਹਾਂ ਮੁਸਤੈਦ ਹੈ। ਜਦੋਂ ਵੀ ਕੋਈ ਡਰੋਨ ਦਿਸਦਾ ਹੈ, ਖਾਸ ਕਰਕੇ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਭਾਰਤ ਵਿੱਚ ਡਰੋਨ ਦਾਖਲ ਹੁੰਦੇ ਨੇ, ਤਾਂ ਉਸ ਵੇਲੇ BSF ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ, ਤਾਂ ਕਈ ਡਰੋਨ ਨੇ ਜਿਹੜੇ ਉਹ ਵੀ ਬਰਾਮਦ ਹੋਏ ਨੇ ਭਾਰੀ ਮਾਤਰਾ ਦੇ ਵਿੱਚ। ਕਈ ਵਾਰ ਖੇਪ ਵੀ ਬਰਾਮਦ ਹੁੰਦੀ ਹੈ, ਤਾਂ ਫਿਰ ਰਾਤ ਆ ਜਿਹੜਾ ਡਰੋਨ ਦੇਖਿਆ ਗਿਆ BSF ਦੇ ਵੱਲੋਂ 13 ਰਾਊਂਡ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਖੇਤਾਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਪੰਜਾਬ ਦੇ ਸਰਹੱਦੀ ਇਲਾਕੇ ਦੇ ਵਿੱਚ ਖੇਤਾਂ ਦੇ ਵਿੱਚ BSF ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਦੱਸਦੇ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਇੱਕ ਵਾਰ ਫਿਰ ਡਰੋਨ ਦੇਖਿਆ ਗਿਆ, ਜਿਸ ਤੋਂ ਬਾਅਦ BSF ਦੇ ਵੱਲੋਂ 13 ਰਾਊਂਡ ਫਾਇਰ ਕੀਤੇ ਗਏ। ਫਿਰੋਜ਼ਪੁਰ ਪਾਕਿਸਤਾਨ ਭਾਰਤ ਸੀਮਾ ਦੀਆਂ ਇਹ ਤਸਵੀਰਾਂ ਨੇ BOP ਸਤਪਾਲ ਦੇ ਏਰੀਆ ਦੇ ਵਿੱਚ ਕੱਲ ਪਾਕਿਸਤਾਨ ਤੋਂ ਭਾਰਤ ਵੱਲ ਡਰੋਨ ਦੇਖਿਆ ਗਿਆ ਸੀ, ਤਾਂ BSF ਦੇ ਵੱਲੋਂ 13 ਰਾਊਂਡ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਹੁਣ ਇਸ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਦੱਸਦੇ ਕਿ ਪਹਿਲਾਂ ਵੀ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਭਾਰਤ ਵਿੱਚ ਦਾਖਲ ਹੁੰਦੇ ਨੇ ਤਾਂ ਉਹਨਾਂ ਡਰੋਨਾਂ ਦੇ ਵਿੱਚ ਨਸ਼ਾ ਔਰ ਹਥਿਆਰ ਨੇ ਜਿਹੜੇ ਉਹ ਭਾਰਤ ਵਿੱਚ ਸਪਲਾਈ ਹੁੰਦੇ ਨੇ, ਤਾਂ ਉਹਨਾਂ ਨੂੰ ਰੋਕਣ ਦੇ ਲਈ BSF ਪੂਰੀ ਤਰ੍ਹਾਂ ਮੁਸਤੈਦ ਹੈ। ਜਦੋਂ ਵੀ ਕੋਈ ਡਰੋਨ ਦਿਸਦਾ ਹੈ, ਖਾਸ ਕਰਕੇ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਭਾਰਤ ਵਿੱਚ ਡਰੋਨ ਦਾਖਲ ਹੁੰਦੇ ਨੇ, ਤਾਂ ਉਸ ਵੇਲੇ BSF ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ, ਤਾਂ ਕਈ ਡਰੋਨ ਨੇ ਜਿਹੜੇ ਉਹ ਵੀ ਬਰਾਮਦ ਹੋਏ ਨੇ ਭਾਰੀ ਮਾਤਰਾ ਦੇ ਵਿੱਚ। ਕਈ ਵਾਰ ਖੇਪ ਵੀ ਬਰਾਮਦ ਹੁੰਦੀ ਹੈ, ਤਾਂ ਫਿਰ ਰਾਤ ਆ ਜਿਹੜਾ ਡਰੋਨ ਦੇਖਿਆ ਗਿਆ BSF ਦੇ ਵੱਲੋਂ 13 ਰਾਊਂਡ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਖੇਤਾਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ।